ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਹੈਲਦੀ ਜੇ ਪਰੌਂਠੇ। ਅੱਜ ਆਪਾਂ ਬਣਾਵਾਂਗੇ ਪਾਲਕ ਦਾ ਪਰੌਂਠਾ। ਪਾਲਕ ਦਾ ਪਰੌਂਠਾ ਜਿਹੜਾ ਵੀ ਗੁਣਾਂ ਦਾ ਭਰਪੂਰ ਖਜ਼ਾਨਾ, ਤਾਂ ਜਦੋਂ ਮੌਸਮ ਵੀ ਹੋਵੇ, ਰੁੱਤ ਵੀ ਹੋਵੇ, ਤਾਂ ਜ਼ਰੂਰ ਬਣਾਉਣਾ ਚਾਹੀਦਾ। ਹੈਲਦੀ ਵੀ ਹੈ ਅਤੇ ਟੇਸਟੀ ਵੀ ਬਣਦਾ। ਇਹਦੇ ਵਾਸਤੇ ਮੈਂ ਥੋੜ੍ਹੀ ਜਿਹੀ ਪਾਲਕ ਤੋੜ ਲਿਆਈ ਸੀਗੀ, 200 ਗ੍ਰਾਮ ਦੇ ਕਰੀਬ ਹੋਊਗੀ। ਤੇ ਨਾਲ ਪਾਵਾਂਗੇ ਵਿੱਚ ਥੋੜਾ ਜਿਹਾ ਹਰਾ ਧਨੀਆ, 3 ਹਰੀਆਂ ਮਿਰਚਾਂ ਤੇ 4-5 ਕਲੀਆਂ ਲਸਣ ਦੀਆਂ, ਤੇ ਥੋੜਾ ਜਿਹਾ ਪੀਸ ਪਾਵਾਂਗੇ ਆਪਾਂ ਅਦਰਕ ਦਾ। ਤਾਂ ਪਰੌਂਠਿਆਂ ਨੂੰ ਉੱਪਰੋਂ ਚੋਪੜਾਂਗੇ ਆਪਾਂ ਕਨੋਲਾ ਆਇਲ ਦੇ ਨਾਲ। ਪਾਲਕ ਤੋੜ ਲਿਆਂਦੀ ਸੀ, ਤੋੜ ਕੇ ਲਿਆ ਕੇ ਇਕੱਲੇ ਪੱਤੇ ਪੱਤੇ ਰਹਿਣ ਦਿੱਤੇ ਸੀ ਆਪਾਂ, ਤੇ ਨਾਲ ਉਹ ਵੱਡੀਆਂ ਡੰਡੀਆਂ ਅਲੱਗ ਕਰ ਲਈਆਂ ਸੀ ਤੋੜ ਕੇ। ਤੇ ਹੁਣ ਇਹਨਾਂ ਨੂੰ ਮੈਂ 2-3 ਪਾਣੀ ਧੋ ਲਿਆ ਸੀ। 3 ਪਾਣੀ ਧੋ ਕੇ ਬਿਲਕੁਲ ਪਾਣੀ ਨੂੰ ਉੱਚੜ ਚੁੱਕਿਆ, ਪਾਣੀ ਨੂੰ ਆਪਣੇ ਨੂੰ ਉਬਾਲਾ ਆ ਗਿਆ। ਤਾਂ ਇਹਦੇ ਵਿੱਚ ਆਪਾਂ ਹੁਣ ਪਾਲਕ ਪਾ ਦਾਂਗੇ। ਹੁਣ ਇਹਨੂੰ ਆਪਾਂ ਉੱਪਰੋਂ ਢੱਕ ਕੇ ਤੇ 5-4 ਮਿੰਟਾਂ ਵਾਸਤੇ ਪਕਾਵਾਂਗੇ। 5 ਕੁ ਮਿੰਟ ਹੋ ਚੁੱਕੇ ਆ ਆਪਣੀ ਪਾਲਕ ਨੂੰ ਬਲਾਂਸ਼ ਹੁੰਦਿਆਂ, ਤਾਂ ਹੁਣ ਬਸ ਇੰਨਾ ਹੀ ਆਪਾਂ ਕਰਾਂਗੇ, ਗੈਸ ਦੀ ਫਲੇਮ ਕਰਾਂਗੇ ਆਫ। ਤਾਂ ਇਹਨੂੰ ਠੰਡਾ ਹੋਣ ਵਾਸਤੇ ਆਪਾਂ ਕੱਢ ਲਾਂਗੇ। ਪਾਲਕ ਆਪਣੀ ਠੰਡੀ ਹੋ ਚੁੱਕੀ ਹੈ, ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਹਰਾ ਧਨੀਆ, ਲਸਣ, ਹਰੀ ਮਿਰਚ ਤੇ ਅਦਰਕ। ਅਦਰਕ ਤਾਜ਼ੀ ਕੁੱਟੀ ਕਾਲੀ ਮਿਰਚ, 1/2 ਚਮਚ ਨਮਕ, ਕਿਉਂਕਿ ਇਹ ਛੋਟਾ ਚਮਚ ਹੈ ਤਾਂ ਇਹ ਪੂਰਾ ਭਰ ਕੇ ਅੱਧਾ ਹੀ ਹੁੰਦਾ, ਤੇ ਬਿਲਕੁਲ ਥੋੜੀ ਜਿਹੀ ਰੈੱਡ ਚਿਲੀ ਪਾਊਡਰ। ਇਹ ਸਾਡੀ ਫੈਮਿਲੀ ਤਿੱਖਾ ਖਾਂਦੀ, ਮੈਂ ਤਾਂ ਪਾ ਰਹੀ ਹਾਂ। ਅਗਰ ਤੁਹਾਨੂੰ ਲੱਗਦਾ ਤਾਂ ਪਾ ਲਓ, ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ, ਕਿਉਂਕਿ ਆਪਾਂ ਹਰੀ ਮਿਰਚ ਤੇ ਕਾਲੀ ਮਿਰਚ ਦੋਨੋਂ ਪਾਈਆਂ ਹੋਈਆਂ ਪਹਿਲਾਂ। ਹੁਣ ਇਹਨਾਂ ਦਾ ਬਰੀਕ ਪੇਸਟ ਬਣਾ ਲਾਂਗੇ ਆਪਾਂ। ਆਪਾਂ ਪੇਸਟ ਬਣਾ ਲਿਆ, ਫਾਈਨ ਪੇਸਟ ਬਣਾ ਲਿਆ ਇਹਦਾ ਪਾਲਕ ਦਾ। ਹੁਣ ਆਪਾਂ ਇਸ ਪੇਸਟ ਦੇ ਵਿੱਚ ਬਹੁਤ ਹੀ ਖਸਤਾ ਤੇ ਕੁਰਕਰੇ ਪਰੌਂਠੇ ਬਣਾਉਣ ਵਾਸਤੇ ਆਪਾਂ ਪਾ ਦਾਂਗੇ 2 ਚਮਚ ਬੇਸਣ ਦੇ। ਬੇਸਣ ਪਾ ਕੇ ਇਹ ਪਰੌਂਠਾ ਬਹੁਤ ਟੇਸਟੀ ਤੇ ਬੜਾ ਵਧੀਆ ਬਣਦਾ ਹੈ। ਨਮਕ ਮਿਰਚ ਆਪਾਂ ਪਹਿਲਾਂ ਪਾ ਚੁੱਕੇ ਸੀ, ਅਗਰ ਨਹੀਂ ਪਾਇਆ ਤਾਂ ਇਸ ਸਟੇਜ ਤੇ ਆਪਾਂ ਪਹਿਲਾਂ ਇਹਦੇ ਵਿੱਚ ਮਿਕਸ ਕਰਾਂਗੇ। 1/2 ਚਮਚ ਤੋਂ ਵੀ ਥੋੜੀ ਆਪਾਂ ਪਾ ਦਾਂਗੇ ਅਜਵਾਇਣ, ਮਸਲ ਕੇ, ਉਹ ਵੀ ਆਪਾਂ ਵਿੱਚ ਮਿਕਸ ਕਰ ਲਾਂਗੇ। ਹੁਣ ਆਪਾਂ ਇੱਕ ਵਾਰੀ 1 ਕਟੋਰੀ ਆਟੇ ਦੀ ਪਾ ਲਾਂਗੇ। ਅਗਰ ਆਪਾਂ ਨੂੰ ਜ਼ਰੂਰਤ ਪਈ ਤਾਂ ਆਟਾ ਫੇਰ ਆਪਾਂ ਵਿੱਚ ਹੋਰ ਮਿਕਸ ਕਰਾਂਗੇ। ਆਟਾ ਆਪਣਾ ਹਜੇ ਬਹੁਤ ਪਤਲਾ ਹੈ, ਇਹਦੇ ਵਿੱਚ ਹੋਰ ਆਟਾ ਮਿਕਸ ਹੋਊਗਾ ਆਪਣਾ। ਥੋੜਾ ਜਿਹਾ ਹੱਥ ਤੇ ਕੁਕਿੰਗ ਆਇਲ ਚਮਚੇ ਦੁਬਾਰਾ ਲਾ ਕੇ ਤਾਂ ਉਹ ਵੀ ਆਪਾਂ ਆਟੇ ਦੇ ਵਿੱਚ ਮਿਕਸ ਕਰ ਲਾਂਗੇ। ਆਪਾਂ ਨਰਮ ਮੁਲਾਇਮ ਆਟਾ ਗੁੰਨ ਲਿਆ, ਜਿਵੇਂ ਆਪਾਂ ਰੋਟੀ ਚਪਾਤੀ ਦਾ ਆਮ ਗੁੰਨਦੇ ਹਾਂ ਉਸ ਤਰ੍ਹਾਂ ਦਾ। 5-7 ਮਿੰਟ ਰੈਸਟ ਤੇ ਰੱਖਾਂਗੇ, ਉਸ ਤੋਂ ਬਾਅਦ ਫਿਰ ਆਪਾਂ ਪਰੌਂਠੇ ਬਣਾਵਾਂਗੇ। ਆਟੇ ਨੂੰ ਆਪਣੇ ਨੂੰ ਹੋ ਚੁੱਕੇ ਆ 5-7 ਮਿੰਟ ਰੈਸਟ ਕਰਦੇ ਨੂੰ। ਆਟਾ ਆਪਣਾ ਸੈੱਟ ਹੋ ਚੁੱਕਿਆ, ਥੋੜਾ ਜਿਹਾ ਲੈ ਲਵਾਂਗੇ ਆਪਾਂ ਸੁੱਕਾ ਆਟਾ ਵਿੱਚ।
हाथ नूं थोड़ा जिहा सुक्का आटा ला के अपने मनचाहे आकार दा पेड़ा ले लवांगे आपां जिन्ने का आपां जिड्डा परौंठा बनाउणा है। पेड़े दोनों साइडा तो सुक्का आटा ला के फालतू आपां झाड़ दांगे तो आपां चुन लांगे उहनूं पेड़े नूं। फिर तो सुक्का आटा ला के साइडा झाड़ के वो अपनी आप दी मर्जी है भी चकोर बनाना है कि ट्रायंगल बनाना है उस तरह का परौंठा बना लो। तवा अपना गर्म हो चुका हूँ, गैस की फ्लेम आप मीडियम कर देवांगे। परौंठा थोड़ा छंड के उपर पा देंगे तवे ते। एक पेड़ा आप होर ले लिया कोलो दूसरे परौंठे की तैयारी करते हैं। ਤੁਸੀਂ ਸਾਈਡ ਬਦਲੀ ਕਰ ਦਾਂਗੇ ਹਲਕੀ ਜਿਹੀ ਬਰਾਊਨ ਚਿੱਟੀ ਆ ਗਈ ਇਧਰ। ਹੁਣ ਆਪਾਂ ਦੂਸਰੀ ਸਾਈਡ ਤੋਂ ਪਕਾਵਾਂਗੇ। ਯਕੀਨ ਮੰਨੋ ਸਰਦੀ ਦੇ ਵਿੱਚ ਖਾਦੇ ਹੋਏ ਹਰੇ ਭਰੇ ਪਰੌਂਠੇ ਆ ਗਰਮਾ ਗਰਮ ਪਰੌਂਠੇ ਹੋਣ ਉੱਤੇ ਥੋੜਾ ਜਿਹਾ ਮੱਖਣ ਹੋਵੇ ਬਹੁਤ ਟੇਸਟੀ ਲੱਗਦੇ ਆ। ਅੱਧੇ ਕੁ ਮਿੰਟ ਬਾਅਦ ਹੁਣ ਆਪਾਂ ਪਰੌਂਠਾ ਥੱਲਦਾਂ। ਇਹ ਪਰੌਂਠੇ ਆ ਜਿਹੜੇ ਥੋੜਾ ਜਿਹਾ ਬੇਸਨ ਪਾਉਣ ਨਾਲ ਇੰਨੇ ਖਸਤਾ ਕਰਾਰੇ ਤੇ ਕੁਰਕਰੇ ਵੀ ਬਣਦੇ ਆ ਤੇ ਜਿਹੜਾ ਹੈਗਾ ਉੱਪਰ ਮਸਾਲੇ ਪਾਏ ਉਹਨਾਂ ਦੇ ਨਾਲ ਤਿੱਖਾਪਨ ਵੀ ਤੇ ਵਧੀਆ ਬਹੁਤ ਕਰਾਰੇ ਜੇ ਬਣਦੇ ਆ। ਦੋਨਾਂ ਸਾਈਡਾਂ ਤੋਂ ਹਲਕੀ ਜਿਹੀ ਬਰਾਊਨ ਚਿੱਟੀ ਆ ਗਈ ਹੈ। ਹੁਣ ਆਪਾਂ ਇਸ ਨੂੰ ਪਰੌਂਠੇ ਨੂੰ ਦੋਨਾਂ ਸਾਈਡਾਂ ਤੋਂ ਹੀ ਚੋਪੜ ਦਵਾਂਗੇ। ਪਰੌਂਠਾ ਆਪਣਾ ਦੋਨਾਂ ਸਾਈਡਾਂ ਤੋਂ ਪੂਰੀ ਤਰ੍ਹਾਂ ਪੱਕ ਚੁੱਕਿਆ। ਵੈਸੇ ਤੇ ਪਰੌਂਠੇ ਤਵੇ ਤੋਂ ਉਤਰਦਿਆਂ ਸਾਰ ਖਾਣ ਵਾਲੇ ਦੀ ਪਲੇਟ ਦੇ ਵਿੱਚ ਜਾਣ ਤਾਂ ਜ਼ਿਆਦਾ ਇਹ ਟੇਸਟੀ ਲੱਗਦੇ ਆ, ਬਹੁਤ ਵਧੀਆ ਲੱਗਦੇ ਆ। ਨਹੀਂ ਤਾਂ ਇੱਕ ਚਪਾਤੀ ਬਾਕਸ ਦੇ ਵਿੱਚ ਆਪਾਂ ਕੋਨਾ ਰੱਖ ਕੇ ਤੇ ਉੱਪਰ ਪਰੌਂਠਾ ਉਤਾਰ ਲਾਂਗੇ। ਅਸੀਂ ਪਰੌਂਠਾ ਆਪਣਾ ਦੋਨਾਂ ਸਾਈਡਾਂ ਤੋਂ ਇਹ ਵੀ ਪੂਰੀ ਤਰ੍ਹਾਂ ਪੱਕ ਚੁੱਕਿਆ ਤਾਂ ਇਹਨੂੰ ਵੀ ਲਵਾਂਗੇ ਉਤਾਰ। ਇਸੇ ਤਰੀਕੇ ਨਾਲ ਹੀ ਆਪਾਂ ਹੁਣ ਸਾਰੇ ਪਰੌਂਠੇ ਤਿਆਰ ਕਰ ਲਾਂਗੇ।
लंच इसे तरीके नाल ही आपां सारे परौंठे भी रेडी कर लांगे। लो जी पालक दे खस्ता परौंठे बन के रेडी है जिन्हां नूं आपां तिखी चटनी मक्खन दे नाल गार्निश कीता। मक्खन नाल इह परौंठा इन्ना टेस्टी लगदा है ना भी भावे होर कुछ भी ना होवे कल्ले परौंठे होण ते मक्खन होवे बहुत वधिया लगदे है। जिहड़े इहदे विच हैगा कैल्शियम है मैगनीशियम है आयरन है बहुत मतलब गुणा दा भरपूर खजाना है। ਇਹਦੇ ਵਿੱਚ ਇਹ ਵੀ ਹੈਗੀ ਹੈ ਇੱਕ ਕਮੀ ਵੀ ਇਹਨੂੰ ਜ਼ਿਆਦਾ ਜਿਹੜੇ ਹੈਗੇ ਆ ਜਿਨ੍ਹਾਂ ਦੇ ਪੱਥਰੀ ਦੀ ਪ੍ਰੋਬਲਮ ਹੈ ਉਹ ਥੋੜਾ ਜਿਹਾ ਇਸ ਚੀਜ਼ ਤੋਂ ਪਰਹੇਜ਼ ਰੱਖਣ ਉਹ ਨਾ ਹੈ ਜ਼ਿਆਦਾ ਖਾਣ ਤਾਂ ਬਹੁਤ ਵਧੀਆ ਗੱਲ ਹੈ। ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ। ਜਿਹੜੇ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਤੁਹਾਨੂੰ ਹਰਾ ਭਰਾ ਪਾਲਕ ਦਾ ਪਰੌਂਠਾ ਕਿਸ ਤਰ੍ਹਾਂ ਦਾ ਲੱਗਿਆ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।